ਵਟਸਐਪ ਕਾਲ ਆਈ ਹੈ ਅਤੇ ਮੈਨੂੰ ਉਹਨਾਂ ਕਿਹਾ ਵੀ ਤੇਰੇ ਕੋਲ 5 ਕਰੋੜ ਰੁਪਈਆ ਲੈਣਾ ਅਤੇ ਇਹਨੂੰ ਸੇਵਾ ਲਾਈ ਹੈ। ਮੈਂ ਕਿਹਾ ਵੀ ਮੈਂ ਗਰੀਬ ਬੰਦਾ, ਮੈਂ ਤੁਹਾਨੂੰ 5 ਕਰੋੜ ਰੁਪਈਆ ਕਿੱਥੋਂ ਦੇਵਾਂਗਾ। ਉਸ ਤੋਂ ਬਾਅਦ ਫਿਰ ਮੈਨੂੰ ਕਾਲਾਂ ਆਉਂਦੀਆਂ ਰਹੀਆਂ ਵੀ ਆਹਾਂ ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ, ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ, ਤੇਰੇ ਪਰਿਵਾਰ ਨੂੰ ਮਾਰ ਦੇਣਾ ਅਤੇ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ। ਵਿਦੇਸ਼ 'ਚ ਬੈਠ ਕੇ ਗੈਂਗਸਟਰ ਇੱਕ ਆੜਤੀਏ ਨੂੰ ਫੋਨ ਕਰਦੇ ਤੇ ਫੋਨ ਕਰਕੇ ਉਸਨੂੰ ਕਹਿੰਦੇ ਕਿ ਤੈਨੂੰ 5 ਕਰੋੜ ਦੀ ਸੇਵਾ ਲਗਾਈ ਹੈ, ਜਲਦੀ ਤੋਂ ਜਲਦੀ 5 ਕਰੋੜ ਦੀ ਸੇਵਾ ਦੇ, ਨਹੀਂ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਅਤੇ ਜਦੋਂ ਇਸ ਆੜਤੀਏ ਦੇ ਵੱਲੋਂ ਗੈਂਗਸਟਰਾਂ ਨੂੰ 5 ਕਰੋੜ ਨਹੀਂ ਦਿੱਤੇ ਗਏ ਤਾਂ ਗੈਂਗਸਟਰਾਂ ਨੇ ਇਸ ਆੜਤੀਏ ਉੱਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਆੜਤੀਆ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਾਂਕਿ ਫਾਇਰਿੰਗ ਤੋਂ ਬਾਅਦ ਵੀ ਗੈਂਗਸਟਰ ਇਸ ਆੜਤੀਏ ਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਨੇ ਕਿ ਉਸਨੂੰ ਅਗਲੀ ਵਾਰ ਜਾਨੋ ਮਾਰ ਦਿੱਤਾ ਜਾਵੇਗਾ। ਇਹ ਘਟਨਾ ਅੰਮ੍ਰਿਤਸਰ ਦੇਹਾਤੀ ਦੇ ਥਾਣਾ ਰਮਦਾਸ ਤੋਂ ਸਾਹਮਣੇ ਆਈ ਹੈ, ਜਿੱਥੇ ਗੈਂਗਸਟਰ ਰਿੰਦਾ ਨੂੰ 5 ਕਰੋੜ ਰੁਪਏ ਦੀ ਫਰੋਤੀ ਨਾ ਦੇਣ ਦੇ ਚੱਲਦੇ ਆੜਤੀਏ ਸੁਰਜੀਤ ਸਿੰਘ ਦੇ ਉੱਪਰ ਗਨ ਮੈਨਾਂ ਦੀ ਹਾਜ਼ਰੀ ਦੇ ਵਿੱਚ 2 ਬਾਈਕ ਸਵਾਰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਜ਼ਖਮੀ ਆੜਤੀਏ ਸੁਰਜੀਤ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਆੜਤੀਆ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਤੇ ਗੈਂਗਸਟਰ ਰਿੰਦਾ ਤੇ ਹੈਪੀ ਫਿਰੋਤੀ ਦੇ ਲਈ ਫੋਨ ਕਰਦੇ ਸਨ, ਜਿਸਦੇ ਚੱਲਦੇ ਉਸ ਵੱਲੋਂ ਥਾਣਾ ਰਮਦਾਸ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਪਰ ਅਚਾਨਕ ਮੋਟਰਸਾਈਕਲ ਸਵਾਰ ਵੱਲੋਂ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਬਹੁਤ ਵਾਰ ਧਮਕੀਆਂ ਆ ਚੁੱਕੀਆਂ ਨੇ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਥਾਣਾ ਰਮਦਾਸ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੀੜਤ ਆੜਤੀਏ ਨੇ ਹੁਣ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਗੈਂਗਸਟਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਹਨਾਂ ਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਵਾਈ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਫਿਲਹਾਲ ਇਸ ਸਾਰੀ ਵਾਰਦਾਤ ਤੋਂ ਬਾਅਦ ਆੜਤੀਏ ਤੇ ਉਸਦੇ ਪਰਿਵਾਰ ਦੇ ਉੱਤੇ ਡਰ ਦਾ ਸਾਇਆ ਮੰਡਰਾ ਰਿਹਾ ਹੈ। ਸਰ, ਮੈਨੂੰ ਨਾ 17 ਅਪ੍ਰੈਲ 2024 ਨੂੰ ਧਮਕੀਆਂ ਆਈਆਂ ਹੈ ਬਾਹਰ। ਫੋਨ ਜਿਹੜਾ ਮੈਨੂੰ ਪਹਿਲਾਂ ਆਇਆ ਹਰਿੰਦਰ ਸਿੰਘ ਰਿੰਦੇ ਦਾ ਆਇਆ, ਉਹਨੇ ਆਪਣੇ ਆਪ ਨੂੰ ਹਰਿੰਦਰ ਸਿੰਘ ਰਿੰਦਾ ਦੱਸਿਆ, ਪਰ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ। ਕੋਈ ਵੀਡੀਓ ਕਾਲ ਨਹੀਂ ਹੋਈ, ਵਟਸਐਪ ਕਾਲ ਆਈ ਹੈ ਅਤੇ ਮੈਨੂੰ ਉਹਨਾਂ ਕਿਹਾ ਵੀ ਤੇਰੇ ਕੋਲ 5 ਕਰੋੜ ਰੁਪਈਆ ਲੈਣਾ ਅਤੇ ਇਹਨੂੰ ਸੇਵਾ ਲਾਈ ਹੈ। ਮੈਂ ਕਿਹਾ ਵੀ ਮੈਂ ਗਰੀਬ ਬੰਦਾ, ਮੈਂ ਤੁਹਾਨੂੰ 5 ਕਰੋੜ ਰੁਪਈਆ ਕਿੱਥੋਂ ਦੇਵਾਂਗਾ। ਵਪਾਰੀ ਬੰਦੇ ਆ, ਕਾਰੋਬਾਰ ਆ, ਤੁਹਾਨੂੰ ਪਤਾ ਕਾਰੋਬਾਰਾਂ 'ਚ ਪੈਸੇ ਮਾੜੇ ਮੋਟੇ ਲੱਗੇ ਹੁੰਦੇ ਆ। ਅਤੇ ਉਸ ਤੋਂ ਬਾਅਦ ਮੈਂ ਫਿਰ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ, ਉਹਨਾਂ ਨੇ ਮੁਕੱਦਮਾ ਨੰਬਰ 32 ਜਿਹੜਾ 24 ਨੂੰ ਦਰਜ ਕੀਤਾ ਉਹਦਾ ਖਿਲਾਫ਼। ਉਸ ਤੋਂ ਬਾਅਦ ਫਿਰ ਮੈਨੂੰ ਕਾਲਾਂ ਆਉਂਦੀਆਂ ਰਹੀਆਂ ਵੀ ਆਹਾਂ ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ, ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ, ਤੇਰੇ ਪਰਿਵਾਰ ਨੂੰ ਮਾਰ ਦੇਣਾ ਅਤੇ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ। ਮੈਂ ਹਾਂ ਫਰੋਤੀ ਮੰਗੀ ਗਈ ਜੀ, ਆਉਂਦੇ ਤੁਹਾਡੇ ਕੋਲ 5 ਕਰੋੜ ਲੈਣਾ ਬਸ। ਇਹ ਸਰ ਮੈਨੂੰ 17/4/2024 ਤੋਂ ਆਉਣ ਰਹੀਆਂ ਧਮਕੀਆਂ। ਉਹ ਤੋਂ ਨਾ ਵਟਸਐਪ ਕਾਲ ਕਰਦਾ ਜੀ, ਹਾਂ ਨਾ ਨੰਬਰ ਬਾਹਰ ਦਾ ਜੀ। ਹਾਂਜੀ, ਨਾਮ ਲੈਂਦਾ ਉਹ ਇੱਕੋ ਬੰਦੇ ਦਾ? ਨਹੀਂ ਨਹੀਂ ਸਰ, ਜਿਹੜਾ ਪਹਿਲਾਂ ਨਾਂ ਲਿਆ ਉਹਨੇ ਕਿਹਾ ਮੈਂ ਹਰਿੰਦਰ ਸਿੰਘ ਰਿੰਦਾ ਬੋਲਦਾ। ਉਸ ਤੋਂ ਬਾਅਦ ਹਰਪ੍ਰੀਤ ਸਿੰਘ ਹੈਪੀ ਮੇਰੇ ਸਾਡੇ ਪਿੰਡ ਦੇ ਲਾਗੇ ਦਾ ਮੁੰਡਾ ਆ, ਉਹਨੇ ਵੀ ਫੋਨ ਕੀਤਾ ਕਿ ਤੈਨੂੰ ਬਾਬੇ ਨੇ ਕਿਹਾ ਪੈਸੇ ਦੇਣੇ ਪੈਣੇ ਆ, ਬਾਬੇ ਨੇ ਡਿਊਟੀ ਲਾਈ ਆ, ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ। ਮੈਂ ਉਹਨੂੰ ਕਾਫੀ ਵਾਸਤਾ ਪਾਇਆ ਕਿ ਪੰਜਾਬ ਦੇ ਜਨਤਾ, ਪੰਜਾਬ ਦੀ ਨਵੀਂ ਪਨੀਰੀ ਜਿਹੜੀ ਆ, ਇਹਨਾਂ ਕਾਰਨਾਂ ਕਰਕੇ ਅੱਗੇ ਹੀ ਸਾਰਾ ਪੰਜਾਬ ਛੱਡ ਕੇ ਬਾਹਰ ਧੱਕੇ ਖਾਣ ਡਈ ਆ। ਹੁਣ ਵਿਦੇਸ਼ਾਂ ਦਾ ਵੀ ਕੀ ਹਾਲ ਆ, ਕਿਸੇ ਨੂੰ ਕੰਮ ਨਹੀਂ ਮਿਲਦਾ, ਕੋਈ ਫੁੱਟਪਾਥਾਂ 'ਤੇ ਸੌਂ ਡਿਆ, ਕੋਈ ਜੰਗਲਾਂ 'ਚ ਸੌਂ ਡਿਆ, ਕੋਈ ਭੁੱਖਾ ਰਹਿ ਕੇ ਗੁਜ਼ਾਰਾ ਕਰਨ ਡਿਆ, ਕਈ ਆਤਮ ਹੱਤਿਆ ਕਰਨ ਡਿਆ, ਕਿੰਨਾ ਕੁਝ ਹੋਣ ਡਿਆ। ਪਰ ਮੈਂ ਬੜੇ ਵਾਸਤੇ ਪਾਏ, ਉਹਨਾਂ ਮੇਰਾ ਨਹੀਂ ਸੁਣਿਆ। ਫਿਰ ਮੈਨੂੰ ਵਾਰ ਵਾਰ ਫੋਨ ਕਰੀ ਗਏ, ਫਿਰ ਮੈਂ SSP ਸਾਹਿਬ ਨੂੰ ਦੁਬਾਰਾ ਰਿਕੁਐਸਟ ਕੀਤੀ, ਉਹਨਾਂ ਨੇ ਮੈਨੂੰ 2 ਗਨਮੈਨ ਦਿੱਤੇ। ਠੀਕ ਹੈ ਜੀ, ਹੁਣ ਕੱਲ੍ਹ ਦੀ ਗੱਲ ਆ,
ਕੱਲ੍ਹ ਮੈਂ ਆਪਣੀ ਦੁਕਾਨ ਵਧਾਈ 7 ਵਜੇ 7:15 ਵਜੇ ਮੇਰੀ ਮੈਂ ਵਸੀਕਾ ਨੂੰ ਇਸ ਦਾ ਕੰਮ ਕਰਦਾ, ਨਾਲ ਮੇਰੇ ਕੋਲ ਗੈਸ ਏਜੰਸੀ ਆ, ਨਾਲ ਮੇਰਾ ਆੜਤ ਦਾ ਕੰਮ ਆ, ਨਾਲ ਮੇਰਾ ਖੇਤੀਬਾੜੀ ਦਾ ਕੰਮ ਆ। ਮੇਰਾ ਇੱਕ ਬੇਟਾ ਹੈ, ਠੀਕ ਹੈ ਜੀ, ਉਹ ਐਡਵੋਕੇਟ ਆ, ਵਕੀਲ ਕੋਰਸ ਕਰਨ ਡਿਆ, ਅਤੇ ਬਸ ਮੈਨੂੰ ਇਹੋ ਆਉਂਦੇ ਤੇਰਾ ਮੁੰਡਾ ਮਾਰ ਦੇਣਾ। ਅਤੇ ਰਾਤੀ ਮੈਂ ਜਦੋਂ ਮਤਲਬ ਕਿ ਤੁਹਾਨੂੰ ਜਾਨੋਂ ਮਾਰ, ਹਾਂ ਜਾਨੋਂ ਸਭ ਤੋਂ ਹੀ ਮਿਲਦੀਆਂ ਆ ਰਹੀਆਂ, ਪਹਿਲਾਂ ਤੋਂ ਮਿਲਦੀਆਂ ਆ ਰਹੀਆਂ ਜੀ। ਅਤੇ ਹੁਣ ਜਿਹੜੀ ਤੁਹਾਡੇ ਗੋਲੀ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੈ? ਇਹ ਸਰ ਮੈਂ ਜਦੋਂ ਮੈਂ ਆਪਣਾ ਗੇਟ ਬੰਦ ਕਰਨ ਲੱਗਾ, ਮਗਰੋਂ ਮੋਟਰਸਾਈਕਲ 'ਤੇ ਦੋ ਮੁੰਡੇ ਆਏ ਆ, ਉਹਨਾਂ ਦੋ ਗੋਲੀਆਂ ਮਾਰੀਆਂ, ਇੱਕ ਬੁਰਜੀ ਨਾਲ ਲੱਗ ਗਈ ਆ, ਇੱਕ ਮੇਰੇ ਇੱਥੋਂ ਲੱਗ ਕੇ ਪੱਟ ਦੇ ਵਿੱਚੋਂ ਕ੍ਰਾਸ ਕਰ ਗਈ, ਦੂਜੇ ਬੰਨੇ ਨਿਕਲ ਗਈ ਆ, ਗੋਲੀ ਲੱਤ 'ਚ ਵੱਜ ਗਈ ਆ। ਉਸ ਤੋਂ ਬਾਅਦ ਮੈਨੂੰ ਉਸੇ ਵੇਲੇ ਪੁਲਿਸ SHO ਸਾਹਿਬ, DSP ਸਾਹਿਬ ਮੌਕੇ 'ਤੇ ਪਹੁੰਚ ਗਏ ਚੰਦ ਮਿੰਟਾਂ 'ਚ। ਪਬਲਿਕ ਇਕੱਠੀ ਹੋਈ, ਮੈਨੂੰ ਦਵਾ ਉਹਨਾਂ ਨੇ ਸਰਕਾਰੀ ਹਸਪਤਾਲ ਖੜ੍ਹਿਆ, ਉੱਥੋਂ ਮੈਨੂੰ ਅੰਮ੍ਰਿਤਸਰ ਰੈਫਰ ਕਰਤਾ, ਠੀਕ ਹੈ ਜੀ। ਜਦੋਂ ਮੈਂ ਰਸਤੇ 'ਚ ਆ ਰਿਹਾ ਹਾਂ, ਮੇਰੇ 'ਤੇ ਗੋਲੀ ਚੱਲਣ ਤੋਂ ਬਾਅਦ ਮੈਨੂੰ 15 ਮਿੰਟਾਂ ਬਾਅਦ ਫੋਨ ਆਇਆ ਦੁਬਾਰਾ ਹਰਪ੍ਰੀਤ ਸਿੰਘ ਹੈਪੀ ਦਾ। ਉਹਨੇ ਮੈਨੂੰ ਕਿਹਾ ਕਿ ਮੈਂ ਬਚ ਗਿਆ। ਮੈਂ ਹਾਂ ਤੂੰ ਮਾਰਤਾ ਮੈਨੂੰ, ਗੁਰੂ ਰਾਮਦਾਸ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕਰਕੇ ਰੱਖ ਲਿਆ, ਠੀਕ ਹੈ ਜੀ, ਤੁਹਾਡੇ ਵੱਲੋਂ ਕੋਈ ਕਸਰ ਨਹੀਂ ਰਹੀ। ਫਿਰ ਉਹਨੇ ਮੈਨੂੰ ਕਿਹਾ ਵੀ ਹੁਣ ਤੇਰਾ ਮੁੰਡਾ ਮਾਰਨਾ, ਜਿੰਨੀ ਸਿਕਿਉਰਿਟੀ ਲੈਣੀ ਜੋ ਲੈਣਾ ਹੀ ਲੈ ਲਾ, ਸਾਨੂੰ ਕੋਈ ਡਰ ਨਹੀਂ। ਫਰੌਤੀ ਮੰਗਦੇ ਆ। ਮੈਂ ਭਗਵੰਤ ਮਾਨ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਜੋਗੀ ਸਰਕਾਰ ਵਾਂਗੂ ਇਹਨਾਂ ਨੂੰ ਘਰੋਂ ਕੱਢ ਕੱਢ ਕੇ ਮਾਰੋਗੇ ਤਾਂ ਪੰਜਾਬ ਬਚਣਾ, ਨਹੀਂ ਤਾਂ ਪੰਜਾਬ ਦੇ ਵਿੱਚ ਨਾ ਕੋਈ ਵਪਾਰੀ ਰਹਿਣਾ ਜੇ, ਅਤੇ ਨਾ ਕੋਈ ਚੰਗਾ ਬੱਚਾ ਰਹਿਣਾ ਜੇ, ਅਤੇ ਨਾ ਸਰ ਮੈਂ ਜੇ ਮੈਨੂੰ ਮੈਂ ਕੱਲ੍ਹ ਮਰ ਜਾਂਦਾ ਜਾਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਤਾਂ ਕੀ ਫੜਿਆ ਵੇਖਣਾ, ਕੋਈ ਵੇਖਣਾ? ਤੁਹਾਡੀ ਮੰਗ ਕੀ ਹੈ ਤੁਸੀਂ? ਮੇਰੀ ਮੰਗ ਸਰ, ਮੈਂ ਮੇਰੇ ਪੂਰੇ ਇਲਾਕੇ 'ਚੋਂ ਵੀ ਪਤਾ ਕਰ ਸਕਦੇ ਜੇ ਅਸੀਂ ਪੂਰੀ ਪਬਲਿਕ ਸਰਵੈਂਟ ਹਾਂ, ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਆ, ਆਪਣਾ ਕੰਮ ਵੀ ਕਰਦੇ ਹਾਂ, ਲੋਕਾਂ ਦੀ ਵੇਲੇ ਵੇਲੇ ਡਿਮਾਂਡ ਵੀ ਪੂਰੀ ਕਰਦੇ ਹਾਂ। ਪਰ ਜੋ ਮੇਰੇ ਨਾਲ ਹੋ ਰਿਹਾ ਹੈ ਬਹੁਤ ਗਲਤ ਆ, ਕਿਉਂਕਿ ਮੇਰਾ ਕੋਈ ਵੀ ਨੁਕਸਾਨ ਕਰ ਸਕਦੇ ਆ। ਪਰ ਹੁਣ ਮੈਂ ਮੇਰੀ ਸਰ ਕਿਸੇ ਨਾਲ ਕੋਈ ਲਾਗ ਡਾਟ ਨਹੀਂ, ਮੈਂ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਚੰਗਾ ਨਹੀਂ ਆਪਣੀ ਕਿਸੇ ਨੇ ਕੋਈ। ਮੇਰੀ ਸਰ ਜ਼ਿੰਦਗੀ 'ਚ ਮੈਨੂੰ ਪਹਿਲੀ ਧਮਕੀ ਆਈ ਆ, ਜਿਹੜਾ ਮੈਨੂੰ ਇੰਨਾ ਕੁ ਮੈਂਟਲੀ ਤੌਰ 'ਤੇ ਵੀ ਅਪਸੈਟ ਕਰਤਾ ਸਰ। ਉੱਥੇ ਮੇਰੀ ਸਿਕਿਉਰਿਟੀ ਮੁੰਡਾ ਉੱਥੇ ਲੱਗੇ ਸੀ, ਪਰ ਉਸ ਰੋਡ ਵਗਦਾ ਹੋਣ ਕਰਕੇ ਅਸੀਂ ਗੋਲੀ ਨਹੀਂ ਚਲਾਈ, ਉਸੇ ਵੇਲੇ ਭੱਜ ਗਏ ਚੱਲਦੇ ਮੋਟਰਸਾਈਕਲ ਤੋਂ ਉਹਨਾਂ ਗੋਲੀਆਂ ਮਾਰੀਆਂ। ਨਹੀਂ ਨਹੀਂ ਖਲੋਤੇ, ਮੂੰਹ ਵਲੇਟੇ, ਮੂੰਹ ਬੰਨੇ। CCTV ਸਰ ਮੇਰੇ ਜਿਹੜੇ ਘਰ ਕੈਮਰੇ ਲੱਗੇ ਆ ਉਹਨਾਂ ਦੀ, ਫਿਰ SSP ਸਾਹਿਬ ਗਏ, ਉਹਨਾਂ ਨੇ ਮੁਲਾਜ਼ਮਾਂ ਨੇ ਜਿਹੜੀ ਉਹਦਾ ਜਿਹੜਾ ਹੁੰਦਾ ਜਿਹ 'ਚ ਰਿਕਾਰਡ ਹੁੰਦੀ ਉਹ ਲੈ ਲਿਆ, DVR ਉਹਨਾਂ ਨੇ ਲੈ ਲਿਆ। ਬਾਕੀ ਉਹ ਪੂਰੀ ਕਾਰਵਾਈ ਕਰ ਰਹੇ ਆ, ਮੇਰੇ ਘਰ ਵੀ ਹੁਣ ਉਹਨਾਂ ਸਿਕਿਉਰਿਟੀ ਲਾਈ ਆ, ਠੀਕ ਹੈ ਜੀ। ਅਤੇ ਮੈਂ ਇਹੋ ਮੰਗ ਕਰਦਾ, ਮੈਂ ਤਾਂ ਸਭ ਤੋਂ ਪਹਿਲੀ ਤਾਂ ਮੈਂ ਇਹ ਮੰਗ ਕਰਦਾ ਵੀ ਮੇਰੀ ਕੋਈ ਪ੍ਰੋਬਲਮ ਨਹੀਂ ਆ, ਮੈਂ ਪੰਜਾਬ ਦੇ ਵਾਸੀਆਂ ਨੂੰ ਜਿਹੜੇ ਬੱਚੇ ਆ ਜਾਂ ਜਿਹੜੇ ਕਾਰੋਬਾਰਾਂ ਵਾਲੇ ਆ ਜਾਂ ਜਿਹੜੇ ਚੰਗੇ ਵਪਾਰੀ ਆ ਜਿਹੜੇ ਪੰਜਾਬ ਦੇ ਵਿੱਚ ਆਪਣਾ ਕੰਮ ਕਰਕੇ ਲੋਕ ਤਰੱਕੀਆਂ ਕਰ ਰਹੇ ਉਹਨਾਂ ਨੂੰ ਬਚਾਉਣ ਵਾਸਤੇ ਯੋਗੀ ਸਰਕਾਰ ਵਾਲਾ ਫੈਸਲਾ ਲੈ ਕੇ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਘਰੋਂ ਕੱਢ ਕੱਢ ਮਾਰਿਆ ਜਾਵੇ। ਇਹ ਜਿਹੜੇ ਬੰਦੇ ਜਾ ਕੇ ਅਮਰੀਕਾ ਬਹਿ ਕੇ ਇਹਨਾਂ ਦੀਆਂ ਮਾਵਾਂ ਇੱਥੇ ਨੇ, ਇਹਨਾਂ ਦੀਆਂ ਭੈਣਾਂ ਇੱਥੇ ਨੇ, ਇਹਨਾਂ ਦੇ ਜੀਜੇ ਇੱਥੇ ਨੇ, ਇਹਨਾਂ ਦੇ ਸਾਰੇ ਭੈਣ ਭਰਾ ਇੱਥੇ ਨੇ, ਉਹਨਾਂ ਨੂੰ ਚੁੱਕ ਕੇ ਜੇਲ੍ਹਾਂ 'ਚ ਸਖ਼ਤ ਤੋਂ ਸਖ਼ਤ ਧਰਾਵਾਂ ਲਾ। ਮੇਰੇ ਪਰਿਵਾਰ ਨੂੰ ਸਰ ਮੈਨੂੰ ਅੱਗੇ ਦੋ ਬੰਦੇ ਮਿਲੇ ਸੀ, ਮੈਂ ਹੁਣ SSP ਸਾਹਿਬ ਤੋਂ, DGP ਸਾਹਿਬ ਤੋਂ, ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਾ ਕਿ ਜਿਹੜੀ ਮੈਨੂੰ ਸਿਕਿਉਰਿਟੀ ਆ ਵੱਧ ਤੋਂ ਵੱਧ ਸਿਕਿਉਰਿਟੀ ਦਿੱਤੀ ਜਾਵੇ ਅਤੇ ਚੰਗੇ ਹਥਿਆਰਾਂ ਵਾਲੇ ਵਧੀਆ ਮੁਲਾਜ਼ਮ ਜਿਹੜੇ ਉਹ ਮੈਨੂੰ ਪ੍ਰੋਵਾਈਡ ਕਰਾਏ ਜਾਣ ਜਾਂ ਮੇਰੀ ਆਉਣ ਵਾਲੇ ਸਮੇਂ 'ਚ ਮੇਰੀ ਜਾਨ ਮਾਲ ਦੀ ਰਾਖੀ ਹੋ ਸਕੇ। ਪਰ ਜਿਹੜੇ ਨੰਬਰ ਤੋਂ ਤੁਹਾਨੂੰ ਕੋਲ ਆਉਂਦੀ ਬਾਹਰ ਦੇ ਉਹ ਤੁਸੀਂ ਪ੍ਰਸ਼ਾਸਨ ਨੂੰ ਵੀ ਦਿੱਤੇ ਗਏ? ਜੀ ਜੀ, ਮੈਂ ਜਦੋਂ ਮੈਨੂੰ ਫੋਨ ਆਉਂਦਾ ਰਿਹਾ ਮੈਂ ਉਸੇ ਵੇਲੇ ਮਾਨਯੋਗ DSP ਸਾਹਿਬ ਨਾਗਰਾ ਸਾਹਿਬ ਜੀ, ਤੁਸੀਂ ਕਹਿ ਰਹੇ ਅਪ੍ਰੈਲ ਮਹੀਨੇ ਤੋਂ ਤੁਹਾਨੂੰ? ਨਹੀਂ ਸਰ, ਪੁਲਿਸ ਨੇ ਤਾਂ ਆਪਣੀ ਪੂਰੀ ਜਿੰਨੀ ਹੋ ਸਕਦੀ ਆ ਕੀਤੀ ਆ, ਪਰ ਅਸੀਂ ਵੀ ਇਹੋ ਸੋਚਦੇ ਹਾਂ ਕੀਤਾ, ਹੁਣ 2 ਮਹੀਨੇ ਹੋਏ ਫੋਨ ਨਹੀਂ ਆਇਆ ਸਰ। ਵੱਖਰੇ ਵੱਖਰੇ ਨੰਬਰਾਂ ਤੋਂ ਫੋਨ ਆਉਂਦਾ ਕਿ ਇੱਕੋ ਨੰਬਰ ਤੋਂ ਤੁਹਾਨੂੰ? ਸਰ ਵੱਖੋ ਵੱਖਰੇ ਨੰਬਰਾਂ ਤੋਂ, ਜਿਹੜੇ ਵੀ ਮੈਨੂੰ ਨੰਬਰਾਂ ਤੋਂ ਫੋਨ ਆਉਂਦੇ ਮੈਂ ਉਸੇ ਵੇਲੇ ਮਹਿਕਮੇ ਨੂੰ ਡਿਸਕਸ ਕਰਦਾ, ਉਸੇ ਵੇਲੇ ਰਿਕਾਰਡਿੰਗ ਜੋ ਕੁਝ ਮੇਰੇ ਕੋਲ ਹੈਗਾ ਮੈਂ ਉਹਨਾਂ ਨੂੰ ਦਿੱਤਾ।
ਮੈਂ ਇਹੋ ਹੀ ਮੰਗ ਕਰਦਾ ਹੈ ਕਿ ਇਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਆਪਣੇ ਹਲਕੇ ਦੇ ਕੈਬਨਿਟ ਮਿਨਿਸਟਰ NRI ਮਿਨਿਸਟਰ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਰਾਹੀਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਇਹਨਾਂ ਗੈਂਗਸਟਰਾਂ ਵਿਰੁੱਧ, ਇਹਨਾਂ ਦੇ ਪਰਿਵਾਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇੱਕ ਪੰਜਾਬ ਪੁਲਿਸ ਤੋਂ ਮੈਂ ਮਾਨਯੋਗ DGP ਸਾਹਿਬ ਨੂੰ ਮੰਗ ਕਰਦਾ ਕਿ ਜਿਹੜਾ ਪੁਲਿਸ ਦੀ ਪ੍ਰੋਟੈਕਸ਼ਨ ਵਧਾਈ ਜਾਵੇ, ਨਾਕੇ ਵਗੈਰਾ ਪੂਰੇ ਲਾਏ ਜਾਣ, ਜਿਹੜੇ ਮੋਟਰਸਾਈਕਲ ਅਨਨਾਊਨ ਨੰਬਰ ਅਨਨਾਊਨ ਲੋਕ ਤੁਰੇ ਫਿਰਦੇ ਆ, ਜਿਹੜੇ ਇੱਕ 2-4 ਹਜ਼ਾਰ ਪਿੱਛੇ ਬੰਦਾ ਮਾਰ ਦਿੰਦੇ ਆ, ਜਿਵੇਂ ਕਿ ਪਿਛਲੇ ਸਮੇਂ ਦੌਰਾਨ ਆਪਣੇ ਪੰਜਾਬ ਦੀ ਮਹਾਨ ਹਸਤੀ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇਹਨਾਂ ਨੇ ਕਿੱਡਾ ਤਗੜਾ ਪਾਪ ਕੀਤਾ। ਇਸੇ ਤਰ੍ਹਾਂ ਇਹ ਬੰਦੇ ਜਿਹੜੇ ਆ, ਇਹਨਾਂ ਮੇਰੀ ਜਾਨ ਲੈਣੀ ਲੈਣੀ ਆ, ਮੈਨੂੰ ਪਤਾ ਹੈ, ਕਿਉਂਕਿ ਮੈਨੂੰ ਇਹ ਇੰਨਾ ਜ਼ਿਆਦਾ ਮੈਨੂੰ ਹਰਾਸਮੈਂਟ ਕਰ ਰਹੇ ਆ ਗੱਲਾਂ ਕਰ ਕਰਕੇ ਇਹਨਾਂ ਨੇ। ਹੁਣ ਮੈਨੂੰ ਇਹ ਆਉਂਦੇ ਵੀ ਤੂੰ, ਤੈਨੂੰ ਵੀ ਮਾਰਨਾ ਤਾਂ ਤੇਰੇ ਮੁੰਡੇ ਨੂੰ ਮਾਰਨਾ, ਤੇਰੀ ਘਰਵਾਲੀ ਨੂੰ ਮਾਰਨਾ। ਠੀਕ, ਹਾਂਜੀ, ਅਤੇ ਪੈਸਿਆਂ ਦੀ ਮੰਗ ਕਰਦੇ, ਪੈਸੇ ਮੈਂ ਦੇ ਨਹੀਂ ਸਕਦਾ। ਪਰਸੋਂ ਦੇ ਸਾਡੇ ਧਿਆਨ ਦੇ ਵਿੱਚ ਆਇਆ, ਪੁਲਿਸ ਵੱਲੋਂ ਸਵਿਫਟਲੀ ਐਕਸ਼ਨ ਕੀਤਾ ਗਿਆ, ਜਿਹੜੇ ਵੀ ਮੇਨ ਬਿੰਦੂ ਨੇ ਉਹਨਾਂ 'ਤੇ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਇਹਨਾਂ ਸਿਕਿਉਰਿਟੀ ਦਾ ਬੰਦੋਬਸਤ ਦੀ ਗੱਲ ਹੈਗੀ, ਉਹ ਅਸੀਂ ਐਕਸਟਰਾ ਜਿਹੜੀ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ। ਕਈ ਜਿਹੜੇ ਹੈ ਇਨਵੈਸਟੀਗੇਸ਼ਨ 'ਚ ਇਹਨਾਂ ਦੇ ਇਸ ਕੇਸ ਦੇ ਮੁਤਲਕ ਜਿਹੜੇ ਹੈ ਪਹਿਲੂ ਸਾਹਮਣੇ ਆਏ ਨੇ, ਬੜੇ ਸੈਂਸਿਟਿਵ ਪਹਿਲੂ ਸਾਹਮਣੇ ਆਏ ਨੇ, ਅਸੀਂ ਉਹਨਾਂ ਸਾਰਿਆਂ ਦੀ ਜਿਹੜੀ ਹੈ ਤਫਤੀਸ਼ ਕਰਦੇ, ਅਤੇ ਟਾਈਮਲੀ ਜਿਵੇਂ ਜਿਵੇਂ ਤੱਕ ਸਾਹਮਣੇ ਪੇਸ਼ ਹੋਣਗੇ ਆਉਣਗੇ ਇਨਵੈਸਟੀਗੇਸ਼ਨ 'ਚ, ਉਹ ਤੁਹਾਡੇ ਨਾਲ ਸਾਂਝੇ ਕੀਤੇ। ਸਰ ਥੋੜ੍ਹੀ ਜਿਹੀ ਇਹ ਡਿਟੇਲ ਦੱਸ ਦਿਓ ਕਿ ਇਹ ਮਸਲਾ ਕੀ ਸੀ, ਕਿਉਂ ਉਹਨਾਂ ਦੇ ਫਾਇਲ ਕੀਤੀ ਸੀ ਇਹਨਾਂ? ਜਿਹੜਾ ਇਹ ਥਰੈਟਨਿੰਗ ਜਿਹੜੀ ਕਾਲ ਆਈ ਹੈ, ਇਹ ਅਪ੍ਰੈਲ ਮਹੀਨੇ ਦੀ ਗੱਲ ਹੈ, ਜਿਹਦੇ ਵਿੱਚ ਇਹਨਾਂ ਤੋਂ ਐਕਸਟੋਰਸ਼ਨ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕੀਤੀ ਗਈ, ਅਤੇ ਉਹਦੇ ਸੰਬੰਧ 'ਚ ਇਹ ਕਾਲ ਹੋਈ ਸੀ, ਅਤੇ ਉਸ ਹਦਾਇਤਾਂ ਕੀਤੀਆਂ ਗਈਆਂ ਸੀ, ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਗਈ ਸੀ, ਅਤੇ ਕਾਫੀ ਹੱਦ ਤੱਕ ਜਿਹੜਾ ਹੈ ਇਹਨਾਂ ਦਾ ਜਿਹੜਾ ਹੈ 2-3 ਮਹੀਨੇ ਜਿਹੜੇ ਹੈ ਇਹਨਾਂ ਦਾ ਠੀਕ ਰਿਹਾ। ਅਤੇ ਕੱਲ੍ਹ ਕਿਉਂਕਿ ਇਹ ਥੋੜ੍ਹਾ ਜਿਹਾ ਵੇਸਲਾਪਨ ਵੀ ਸੀ, ਅਤੇ ਥੋੜ੍ਹਾ ਜਿਹਾ ਜਿਹੜਾ ਕਹੀਏ ਕਿ ਟਾਰਗੇਟ ਜਿਹੜਾ ਸੀਗਾ ਉਹ ਈਜ਼ੀਲੀ ਅਪਰੋਚੇਬਲ ਹੋ ਗਿਆ, ਉਹਦੇ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਪਰੇਸ਼ਾਨੀ ਆਈ ਹੈ। ਅਦਰਵਾਈਜ਼ ਇਹ ਇਨਵੈਸਟੀਗੇਸ਼ਨ ਸ਼ੁਰੂ ਤੋਂ ਚੱਲ ਰਹੀ ਹੈ, ਅਪ੍ਰੈਲ ਤੋਂ ਹੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਕਾਫੀ ਹੱਦ ਤੱਕ। ਸਰ ਜਿਹੜੀ ਗੋਲੀ ਲੱਗੀ ਉਹਦੀ ਕੰਡੀਸ਼ਨ ਉਸ ਸਟੇਬਲ ਹੈ ਜੀ, ਉਹਨਾਂ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ। ਮੰਗ ਕਿੰਨੇ ਦੀ ਕੀਤੀ ਗਈ ਸੀ? ਇਹ ਕਾਫੀ ਕੁਛ ਕਿਹਾ ਗਿਆ ਜੀ, ਉਹਦੇ ਵਿੱਚ 1 ਕਰੋੜ ਵੀ ਕਿਹਾ ਗਿਆ, ਬੜਾ ਕੁਛ ਕਿਹਾ ਗਿਆ। ਇਸ ਕੇਸ ਨੂੰ ਜਿਹੜਾ ਹੈ ਅਸੀਂ ਸ਼ੁਰੂ ਤੋਂ ਹੀ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਹਨੂੰ ਐਕਸਪੀਡਾਈਟ ਵੀ ਕੀਤਾ ਗਿਆ ਹੈ, ਜੋ ਜੋ ਇਹਦੇ ਪਹਿਲੂ ਜਿੱਥੇ ਜਿੱਥੇ ਇਹਦੇ ਨਾਲ ਜੁੜਦੇ ਨੇ ਉਹ ਸਾਰੇ ਪਹਿਲੂ ਜਿਹੜੇ ਹੈਗੇ ਆ, ਜਲਦੀ ਜਿਹੜਾ ਇਹਦੇ ਜਿਹੜਾ ਇਹ ਕੇਸ ਨੂੰ ਟਰੇਸ ਕਰਕੇ। ਜਦੋਂ ਜਦੋਂ ਗੋਲੀ ਚੱਲੀ ਆ ਉਸ ਵਕਤ ਸਿਕਿਉਰਿਟੀ ਇਹਨਾਂ ਦੇ ਨਾਲ ਨਹੀਂ ਸੀ? ਇਹ ਸਾਰੇ ਜਿਹੜੀ ਚੀਜ਼ਾਂ ਹੈ ਚੈੱਕ ਕੀਤੀਆਂ ਜਾ ਰਹੀਆਂ ਨੇ ਕਿ ਉਹ ਸਿਕਿਉਰਿਟੀ, ਕਿਉਂਕਿ ਇਹ ਘਰ ਦੇ ਵਿੱਚ ਹੀ ਮੌਜੂਦ ਸੀਗੇ, ਜਿਹੜੀ ਦੁਕਾਨ ਹੈ ਇਹਨਾਂ ਦੇ ਬਿਲਕੁਲ ਨਾਲ ਘਰ ਦੇ ਹੈਗੇ, ਘਰ ਦੇ ਵਿੱਚ ਹੀ ਦੁਕਾਨ ਬਣੀ ਹੋਈ ਹੈ, ਅਤੇ ਨਾਲ ਹੀ ਇਹਨਾਂ ਦੀ ਸਿਕਿਉਰਿਟੀ ਵੀ ਸੀ। ਉਹ ਪਰਸਨ ਕਿੱਥੇ ਸੀ, ਕਰਾਊਡਡ, ਕਿਉਂਕਿ ਉਸ ਟਾਈਮ ਜਿਹੜਾ ਹੈ ਕਾਫੀ ਚਹਿਲ ਪਹਿਲ ਹੁੰਦੀ ਹੈ, ਲੋਕ ਸਾਰੇ ਪਹਿਲੂ ਜਿਹੜੇ ਸਾਹਮਣੇ ਸਾਡੇ ਆਏ ਨੇ ਇਨਵੈਸਟੀਗੇਸ਼ਨ ਜਿਹੜੀ ਚੀਜ਼ ਆਈ ਹੈ ਚੱਲਦੇ ਚੱਲਦੇ ਕਾਰਵਾਈ ਕੀਤੀ, ਅਤੇ ਇਹ ਸਾਰੀ ਚੀਜ਼ ਜਿਹੜੀ ਚੈੱਕ ਕਰ।